ਸੱਚੀ ਗੱਲ ਤੁਸੀਂ ਵੇਖ ਪੁਰ ਦੈਨਿਕ ਸਵੇਰਾ ਟੀਵੀ ਮੈਂ ਹਾਂ ਨਿਰਪਚਲਵਾ ਚੰਡੀਗੜ੍ਹ ਦੇ ਵਿਚਕਾਰ ਅਗਰ ਤੁਹਾਡੀ ਪ੍ਰਾਪਰਟੀ ਹੈ ਤੇ ਉਹ ਪ੍ਰਾਪਰਟੀ ਬਿਜ਼ਨਸ ਪ੍ਰਾਪਰਟੀ ਹੈ ਤਾਂ ਸ਼ਾਇਦ ਤੁਹਾਨੂੰ ਪੈਨਲਟੀ ਪੈ ਸਕਦੀ ਹੈ ਖਬਰ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਸੁਝਾਅ ਮੰਗੇ ਗਏ ਫੀਡਬੈਕ ਮੰਗੀ ਗਈ ਹੈ ਕਿ ਜੋ ਪੈਨਲਟੀ ਪੈਂਦੀ ਸੀ ਬਿਜ਼ਨਸ ਜਿਹਨੇ ਵੀ ਏਰੀਆ ਸੀਗੇ ਜਿਨ੍ਹਾਂ ਦੀ ਬਿਲਡਿੰਗ ਸੀਗੀ ਜਿੱਥੇ ਵਾਇਲੇਸ਼ਨ ਹੋ ਰਿਹਾ ਸੀ ਉਹ ਪੈਨਲਟੀ ਜੇ ਹੈ ਹੁਣ ਵਧਾ ਕੇ 500 ਰੁਪਏ ਤੋਂ ਲੈ ਕੇ 2 ਲੱਖ ਰੁਪਏ ਦੀ ਫੀਡਬੈਕ ਜੇ ਮੰਗੀ ਗਈ ਹੈ ਅਗਰ ਇਹ ਪ੍ਰਸਤਾਵ ਜੇ ਹੈ ਕੈਬਨਿਟ ਦੇ ਵਿਚਕਾਰ ਮਨਜ਼ੂਰ ਹੋ ਜਾਂਦਾ ਤਾਂ ਆਈ ਥਿੰਕ ਹਰ ਮਹੀਨੇ ਕਰੋੜਾਂ ਦਾ ਜੇ ਹੈਗਾ ਘਾਟਾ बिजनेसमੈਨ ਨੂੰ ਵੀ ਹੋਏਗਾ ਲੇਕਿਨ ਖਜ਼ਾਨਾ ਜ਼ਰੂਰ ਪੜੇਗਾ ਸਾਡੇ ਨਾਲ ਚੰਡੀਗੜ੍ਹ ਬਿਜ਼ਨਸ ਕਾਉਂਸਲ ਦੇ ਚੇਅਰਪਰਸਨ ਨੀਰ ਬਜਾਜੀ ਨੇ ਬਜਾਜੀ ਜਦ ਆਪਾਂ ਗੱਲ ਕਰਦੇ ਆ ਇਹ ਜੇ ਡਿਸਪਿਊਟ ਹੈ ਇਹ ਕਾਫੀ ਚਿਰ ਤੋਂ ਚੱਲ ਰਿਹਾ ਹੈ ਕਿ ਕਿੰਨਾ ਪੈਨਲਟੀ ਪੈਣੀ ਚਾਹੀਦੀ ਹੈ ਕਿੰਨੀ ਨਹੀਂ ਪੈਨਲਟੀ ਪੈਣੀ ਚਾਹੀਦੀ ਹੈ ਲੇਕਿਨ ਜਦ ਆਪਾਂ ਕਹਿੰਦੇ ਆ ਵਾਇਲੇਸ਼ਨ ਹੋਇਆ ਤਾਂ ਉਸ ਵਾਇਲੇਸ਼ਨ ਦੇ ਵਿਚਕਾਰ ਪਹਿਲੇ ਸਭ ਤੋਂ ਪਹਿਲੇ ਕਿਹੜੀ ਚੀਜ਼ਾਂ ਆਉਂਦੀਆਂ ਨੇ ਕਿਉਂਕਿ ਆਪਾਂ ਬਿਜ਼ਨਸ ਦੇ ਹਿਸਾਬ ਨਾਲ ਦੇਖਦੇ ਨੇ ਉਸ ਵੇਲੇ ਤਾਂ ਡਿਵੈਲਪਮੈਂਟ ਦੇ ਨਾਂ ਤੇ ਕਿਹਾ ਗਿਆ ਕਿ ਤੁਸੀਂ ਆਪਣਾ ਦਾਇਰਾ ਵਧਾ ਸਕਦੇ ਹੋ ਲੇਕਿਨ ਹੁਣ ਜੇ 7 ਰੁਪਏ ਤੇ 10 ਰੁਪਏ ਤੋਂ ਲੈ ਕੇ 500 ਤੇ ਹੁਣ 2 ਲੱਖ ਰੁਪਏ ਦੀ ਪੈਨਲਟੀ ਜੇ ਹੈ ਪ੍ਰਸਤਾਵ ਜਿਹੜਾ ਲਾਇਆ ਗਿਆ ਹੈ ਦੇਖਿਓ ਜੀ ਅਗਰ ਆਪਾਂ ਇਹ ਜਿਹੜੀ ਪੈਨਲਟੀ ਦੀ ਗੱਲ ਹੈਗੀ ਆ ਅਗਰ ਬਿਜ਼ਨਸ ਕੋਈ ਚਲਾ ਰਿਹਾ ਹੈਗਾ ਉਹਨੂੰ ਤੁਸੀਂ ਰਿਲੀਫ ਦਿਓ ਨਾ ਕਿ ਉਹਨੂੰ ਪੈਨਲਟੀ ਦੀ ਗੱਲ ਹੈ ਪਹਿਲੇ ਤੇ ਜਿਹੜੀ ਬਿਲਡਿੰਗਾਂ ਹੈਗੀਆਂ ਉਹਦੇ ਵਿੱਚ ਮੰਨ ਲਓ ਕਮਰਸ਼ੀਅਲ ਬਿਲਡਿੰਗ ਹੈ ਉਹਨਾਂ ਨੇ ਕਮਰਸ਼ੀਅਲ ਅਲਾਉਟ ਕੀਤੀ ਐਂ ਜਸਟ ਮੈਂ ਸੈਕਟਰ 17 ਦੀ ਗੱਲ ਕਰਦਾ ਫਾਰ ਐਗਜ਼ਾਮਪਲ ਕਿ ਉੱਪਰ ਤੱਕ ਕਮਰਸ਼ੀਅਲ ਬਿਲਡਿੰਗ ਹੈਗੀਆਂ ਅਗਰ ਉੱਪਰ ਕੋਈ ਬਿਜ਼ਨਸ ਕਰਨਾ ਹੋਵੇ ਤੇ ਉਹਦੇ ਬਾਰੇ ਵਿੱਚ ਇਹਨਾਂ ਦੇ ਜਿਸ ਤਰ੍ਹਾਂ ਦੇ ਲਾ ਹੈਗੇ ਆ ਉਲਾਦੇ ਸਾਹਿਬ ਨਾਲ ਜਿਸਲੇ ਪਾਸ ਕਰਾਉਣ ਵਾਸਤੇ ਪਹੁੰਚਦੇ ਹੈਗੇ ਆ ਤੇ ਉਹਦੇ ਚ ਸਿੱਧੇ ਤਰੀਕੇ ਨਾਲ ਉਹ ਰਸਤਾ ਸਾਡੇ ਵਾਸਤੇ ਨਹੀਂ ਬੰਦਾ ਅਗਰ ਅਪੇ ਕਹਿੰਦੇ ਕਿ ਉੱਪਰ ਤੁਸੀਂ ਅਲਾਉ ਕੀਤਾ ਹੈ ਜਿਸ ਤਰ੍ਹਾਂ ਅੱਜ ਬੇਸਿਕ ਤੁਸੀਂ ਦੇਖਦੇ ਹੋ ਸ਼ੋਪਿੰਗ ਮਾਲ ਬਣਾਤੇ ਤੁਸੀਂ ਉਹਨਾਂ ਦੇ ਸਾਰੇ ਫਲੋਰ ਅਲਾਉਡ ਕੀਤੇ ਤੁਸੀਂ ਸਮਝਿਆ ਕਿ ਇਹ ਟਾਈਮ ਦੀ ਨੀਡ ਹੈ ਤੇ ਆਲਰੇਡੀ ਜਿਹੜੀ ਪੁਰਾਣੀ ਬਿਲਿੰਗਾਂ ਬਣੀਆਂ ਹੋਈਆਂ ਉਹਨਾਂ ਦੇ ਵਿੱਚ ਵੀ ਸੇਮ ਉਹੀ ਪ੍ਰੋਸੈਸ ਦੇ ਨਾਲ ਤੁਸੀਂ ਉੱਪਰ ਪਾਸ ਕਰੋ ਔਰ ਇਹ ਪੁਰਾਣੀ ਬਿਲਿੰਗਾਂ ਬਣਾਈਏ ਤੇ ਕੁਝ ਰੀਜਨੇਬਲ ਹੋਣਾ ਚਾਹੀਦਾ ਸਭ ਤੋਂ ਵੱਡੀ ਗੱਲ ਹੈ ਕਿ ਸਰਕਾਰ ਪੈਨਲਟੀ ਦੀ ਗੱਲ ਸੋਚਦੀ ਹੈ ਅਗਰ ਬਿਜ਼ਨਸ ਵੱਧਾ ਹੈਗਾ ਲੋਕ ਆਂਦੇ ਹੈਗੇ ਤੇ ਉੱਥੇ ਰੋਜ਼ਗਾਰ ਮਿਲਦਾ ਹੈ ਉੱਥੇ ਸਰਕਾਰ ਨੂੰ ਜੀਐਸਟੀ ਮਿਲਦਾ ਹੈ ਸਰਕਾਰ ਨੂੰ ਇਨਕਮ ਟੈਕਸ ਮਿਲਦਾ ਹੈ ਇਸ ਤਰੀਕੇ ਤੇ ਕਈ ਪ੍ਰੋਵੀਜ਼ਨ ਉਹਨਾਂ ਨੂੰ ਬਿਜ਼ਨਸ ਪੈਸੇ ਦੇ ਮਿਲਦੇ ਹੈਗੇ ਤੇ ਨਾ ਕਿ ਉਹਨੂੰ ਤੁਸੀਂ ਪੈਨਲਟੀ ਦੀ ਸ਼ੇਪ ਚ ਇਕੱਠਾ ਕਰੋ ਲੋਕਾਂ ਨੂੰ ਵੀ ਖੁਸ਼ਹਾਲ ਰੱਖੋ ਲੋਕ ਵੀ ਖੁਸ਼ ਰਹਿਣ ਬਿਜ਼ਨਸ ਵੀ ਅੱਗੇ ਵਧਣ ਰੋਜ਼ਗਾਰ ਵੀ ਮਿਲੇ ਲੋਕਾਂ ਨੂੰ ਔਰ ਸਰਕਾਰ ਨੂੰ ਰੈਵਨਿਊ ਵੀ ਜਨਰੇਟ ਹੋਵੇ ਇਹ ਨਹੀਂ ਕਿ ਪੈਨਲਟੀ ਤੁਸੀਂ ਅਜ ਲਗਾਤੀ ਜਿਸ ਨੂੰ ਪੈਨਲਟੀ ਲੱਗੇਗੀ ਉਹਦਾ ਬਿジネス ਬੰਦ ਹੋ ਜਾਏਗਾ ਬਿジネス ਬੰਦ ਹੋਣਾ ਮਤਲਬ ਤੁਸੀਂ ਇੱਕ ਇਸ ਤਰੀਕੇ ਦਾ ਮਾਹੌਲ ਬਣਾ ਰਹੇ ਹੋ ਕਿ ਵੀ ਤੁਸੀਂ ਨਾ ਉਹ ਬਿジネス ਚੱਲੇ ਔਰ ਪੈਨਲਟੀ ਇੰਨੀ ਜ਼ਿਆਦਾ ਲੱਗ ਜਾਏ ਕਿ ਲੋਕ ਇੱਥੇ ਬਿジネス ਨਾ ਕਰਨਾ ਚਾਹਣ ਲੋਕੀ ਕੋਈ ਪੰਚਕੁਲਾ ਜਾਵੇ ਕੋਈ ਮਾਹੌਲੇ ਚਲਾ ਜਾਏ ਤੇ ਆਸ-ਪਾਸ ਦੇ ਜਗ੍ਹਾ ਤੇ ਅਗਰ ਉਹ ਰੂਲ ਨਹੀਂ ਲਾਗੂ ਚੰਡੀਗੜ੍ਹ ਦੇ ਵਿੱਚ ਤੁਸੀਂ ਬਾਈ ਲਾਜ ਦੇ ਹਿਸਾਬ ਨਾਲ ਜਿਹੜੇ ਵਾਇਓਲੇਸ਼ਨ ਕਹਿੰਦੇ ਹੋ ਉਹ ਛੋਟੇ ਛੋਟੇ ਚੀਜ਼ਾਂ ਹੈਗੀਆਂ ਉਹਨਾਂ ਨੂੰ ਤੁਸੀਂ ਇੰਟਰਨਲ ਚੇਂਜ ਦੇ ਵਿੱਚ ਆਪਾਂ ਫਸਾੜ ਦੇ ਵਿੱਚ ਆਪਾਂ ਨਹੀਂ ਚਾਹੁੰਦੇ ਕਿ ਫਸਾੜ ਚ ਬਾਹਰ ਤੁਸੀਂ ਸਾਨੂੰ ਕੋਈ ਅਲਾਓ ਕਰੋ ਕੋਈ ਬਰਾਮਦੇ ਵਿੱਚ ਆਪਾਂ ਸਮਾਨ ਰੱਖਣ ਦੀ ਅਲਾਓ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਮੰਗਦੇ ਆਪਾਂ ਬਾਹਰ ਜਿਸ ਤਰ੍ਹਾਂ ਦਾ ਫਸਾੜ ਹੈ ਜੇ ਲੇਕਿਨ ਇੰਟਰਨਲ ਟਾਈਮ ਚੇਂਜ ਹੋਇਆ ਹੈ ਦੁਨੀਆ ਚੇਂਜ ਹੋਈ ਹੈ ਜਿਸ ਟਾਈਮ ਇਹ ਪਹਿਲੇ ਬਿਲਡਿੰਗਾਂ ਬਣੀਆਂ ਸੀ ਪੁਰਾਣੇ ਮੈਦੇਚ ਨਾ AC ਦੀ ਪ੍ਰੋਵੀਜ਼ਨ ਹੁੰਦੀ ਸੀ ਨਾ ਕੁਛ ਸੀ ਅੱਜ ਹਰ ਜਗ੍ਹਾ ਤੇ AC ਦੀ ਪ੍ਰੋਵੀਜ਼ਨ ਹੈ ਲੇਟੈਸਟ ਸਿਸਟਮ ਬਣ ਚੁੱਕੇ ਆ ਜੇ ਰੈਸਟੋਰੈਂਟ ਬਣ ਰਿਹਾ ਤੇ ਉੱਪਰ ਆਰ ਔਰ ਵਾਟਰ ਦੀ ਪ੍ਰੋਵੀਜ਼ਨ ਹੁੰਦੀ ਹੈ ਫਰੈਸ਼ 에ਅਰ ਦੀ ਜ਼ਰੂਰਤ ਹੁੰਦੀ ਹੈ ਐਕਜੋਸ ਸਿਸਟਮ ਦੀ ਇਹ ਹੁੰਦੀ ਹੈ ਸਾਰੇ ਸਿਸਟਮ ਦੇ ਨਾਲ ਬਿਲਡਿੰਗਾਂ ਚ ਕਈ ਨਾ ਕਈ ਜਗ੍ਹਾ ਸਾਨੂੰ ਚੇਂਜਿੰਗ ਕਰਨੀਆਂ ਪੈਂਦੀਆਂ ਆ ਗਿਆ ਜਿਹੜੀ ਬੇਸਿਕ ਨੀਡ ਚ ਉਹਨੂੰ ਤੁਸੀਂ ਇੰਨਾ ਈਜੀ ਤਰੀਕੇ ਨਾਲ ਚੇਂਜ ਕਰਦੇ ਹੋ ਕਿ ਆਪਾਂ ਬਿਜ਼ਨਸ ਕਰੀਏ ਉਹਦਾ ਰੈਵਨਿਊ ਸਰਕਾਰ ਨੂੰ ਇੰਨਾ ਜਾਏ ਕਿ ਉਹ ਰੈਵਨਿਊ ਹੀ ਕਾਫੀ ਹੋਵੇ ਨਾ ਕਿ ਉਹਨੂੰ ਤੁਸੀਂ ਪੈਨਲਟੀ ਦੀ ਸ਼ੇਪ ਦੇ ਵਿੱਚ ਵਧਾ ਕੇ ਇੱਥੇ ਦੇ ਲੋਕਾਂ ਨੂੰ ਬਿਜ਼ਨਸਮੈਨ ਨੂੰ ਡਰਾ ਕੇ ਇੱਥੇ ਦੀ ਪ੍ਰਾਪਰਟੀਆਂ ਦੀ ਵੈਲਿਊ ਕਟਾ ਕੇ ਪ੍ਰਾਪਰਟੀਆਂ ਦੀ ਵੈਲਿਊ ਘਟ ਜਾਏਗੀ ਲੋਕ ਇੱਥੇ ਪ੍ਰਾਪਰਟੀ ਨਹੀਂ ਲੈਣ ਆਣਗੇ ਤੇ ਤਾਂ ਉਸ ਟਾਈਮ ਸਰਕਾਰ ਨੂੰ ਕੀ ਬੈਨੀਫਿਟ ਮਿਲ ਸਕਦਾ ਹੈ ਪਹਿਲੇ ਵੀ ਜਦੋਂ ਪੈਨਲਟੀ ਉਹ ਕੀਤੀ ਗਈ ਸੀ ਆਈ ਥਿੰਕ 34 ਤੇ 8 ਸੈਕਟਰ ਦੀਆਂ ਮੱਧਮਾਰਗ ਦੇ ਵਿਚਕਾਰ ਜਿੰਨੇ ਵੀ bizness ਉਹ ਨੇ ਉਹਨਾਂ ਦੇ ਉੱਤੇ ਕਾਫੀ ਜ਼ਿਆਦਾ ਪੈਸੇ ਉਹਨਾਂ ਨੂੰ ਭਰਪਾਈ ਕਰਨੀ ਪਈ ਸੀ ਸ਼ਾਇਦ ਦੇਖੋ ਜੀ ਇਹਨਾਂ ਨੇ ਜਿੰਨੇ ਵੀ ਅਜੇ ਤੱਕ ਟੈਕਸ ਲਗਾਏ ਆ ਮੋਸਟਲੀ ਸਾਰੇ ਡਿਸਪਿਊਟ ਵਿੱਚ ਸਾਰੇ ਅੱਗੇ ਅਪੀਲਾਂ ਚ ਗਏ ਹੋਏ ਆ ਔਰ ਕਈ ਜਗ੍ਹਾ ਤਾਂ ਕੋਰਟਾਂ ਤੇ ਹਾਈ ਕੋਰਟ ਦੇ ਆਰਡਰ ਵੀ ਹੈ ਕਿ ਤੁਸੀਂ ਜਿਹੜੀ ਪੈਨਲਟੀਆਂ ਲਗਾਈਆਂ ਹੋਈਆਂ ਇਹ ਜ਼ਿਆਦਾ ਹੈਗੀ ਆ ਨੂੰ ਰਿਵਿਊ ਕਰੋ ਔਰ ਉਸ ਦੇ ਹਿਸਾਬ ਨਾਲ ਇਹ ਰਿਵਿਊ ਦੀ ਗੱਲ ਕਰ ਰਹੇ ਆ ਲੇਕਿਨ ਇਹ ਫਿਰ ਜੋ ਪ੍ਰਪੋਜ਼ ਕਰਨ ਜਾ ਰਹੇ ਉਹ ਬਹੁਤ ਹਾਇਰ ਸਾਈਡ ਆ ਮੇਰੀ ਸੋਚ ਹੈ ਕਿ ਤੁਸੀਂ ਇਹਨੂੰ ਬੇਸ ਨੂੰ ਦੇਖੋ ਕਿ ਇਹ ਵਾਇਲੇਸ਼ਨ ਨਹੋਂਦੀ ਭਈਆ ਇੰਟਰਨਲ ਵਾਇਲੇਸ਼ਨ ਇੰਟਰਨਲ ਵਾਇਲੇਸ਼ਨ ਦੇ ਵਾਸਤੇ ਅਗਰ ਜੇ ਸਟਰਕਚਰ ਨੂੰ ਕੋਈ ਪ੍ਰੋਬਲਮ ਨਹੀਂ ਹੋ ਰਹੀ ਹੈ ਅੰਦਰ ਕੋਈ ਚੀਜ਼ ਹੋ ਰਹੀ ਹੈ ਉਹਨੂੰ ਬੜੇ ਈਜ਼ੀ ਤਰੀਕੇ ਨਾਲ ਚੇਂਜ ਕਰਨਾ ਚਾਹੀਦਾ ਡਿਸਪਿਊਟ ਵੀ ਇੰਟਰਨਲ ਤੇ ਆਊਟਸਾਈਡ ਤੇ ਹੈਗੇ ਆ ਤੇ ਇਹਨਾਂ ਨੂੰ ਕਿਵੇਂ ਸਮਝਿਆ ਜਾ ਸਕਦਾ ਕਿਉਂਕਿ ਜਦ ਤੱਕ ਆਪਾਂ ਗੱਲ ਕਰਦੇ ਪੈਨਲਟੀ ਦੀ ਤਾਂ ਲੋਕਾਂ ਨੂੰ ਸਮਝ ਆਉਂਦਾ ਕਿ ਬਈ ਜਿਸ ਨੇ ਥੋੜੀ ਜੀ ਜ਼ਿਆਦਾ ਐਕਵਾਇਰ ਕੀਤੀ ਹੈ ਜਗਾ ਉਹਨੂੰ ਪੈਨਲਟੀ ਦੇਣੀ ਪਊਗੀ ਲੇਕਿਨ ਪੈਨਲਟੀ ਤੁਸੀਂ ਹੁਣ ਦੱਸਿਆ ਕਿਉਂਕਿ ਇਨਰ ਦੇ ਹਿਸਾਬ ਦੇ ਨਾਲ ਆਊਟਰ ਦੇ ਹਿਸਾਬ ਨਾਲ ਅਸੀਂ ਕਰ ਸਕਦੇ ਨੇ ਲੇਕਿਨ ਕਿੰਨੀ ਕੁ ਕਰ ਸਕਦੇ ਨੇ ਬਾਹਰ ਤੱਕ ਕੋਈ ਉਹ ਤਾਂ ਹੋਏਗੀ ਰੂਲਸ ਤਾਂ ਹੋਣਗੇ ਬਾਹਰ ਲਈ ਵੀ ਦੇਖੋ ਪੈਨ ਹੈ ਗਈ ਹੈ ਉਹਨਾਂ ਚੀਜ਼ਾਂ ਤੇ ਹੋਣੀ ਚਾਹੀਦੀ ਹੈ ਕਿ ਜਿਸ ਤਰ੍ਹਾਂ ਕਿਸੇ ਨੇ ਕੋਈ ਕਬਜ਼ਾ ਕਰ ਲਿਆ ਹੈਗਾ ਆਪਾਂ ਮੰਨ ਲਓ ਬ੍ਰਾਮ ਦੇ ਤੇ ਬਾਹਰ ਕੁਝ ਕੀਤਾ ਹੈ ਉਹਦੇ ਚ ਕੋ ਹੋਣੀ ਚਾਹੀਦੀ ਆਪਾਂ ਜ਼ਾੜਾ ਆਪਾਂ ਖਰਾਬ ਕਰ ਰਹੇ ਹਾਂ ਉਹਦੇ ਤੇ ਹੋਣੀ ਚਾਹੀਦੀ ਬੇਸ਼ੱਕ ਲੇਕਿਨ ਇੰਟਰਨਲ ਚੇਂਜ ਦੇ ਹੁੰਦੇ ਤੇ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਆਪਾਂ ਬਿਜ਼ਨਸ ਵੀ ਇੱਕ ਬਿਜ਼ਨਸ ਕਮਿਊਨਿਟੀ ਵੀ ਇੱਕ ਅਜਿਹੀ ਜਗ੍ਹਾ ਹੈ ਜਿਹੜੀ ਸਰਕਾਰ ਦੇ ਜਿੰਨੇ ਟੈਕਸ ਲਾਗੂ ਹੁੰਦੇ ਹੈਗੇ ਆ ਆਪਾਂ ਉਹਨਾਂ ਦੇ ਟੈਕਸ ਦੀ ਕਲੈਕਸ਼ਨ ਦਾ ਸੈਂਟਰ ਆਪਾਂ ਲੋਕ ਹੁੰਦੇ ਆ ਉਹ ਲੋ ਗੀਐਸਟੀ ਲਗਾਉਂਦੇ ਆ ਲੋਕ ਫੰਡ ਲਗਾਉਂਦੇ ਆ ਪ੍ਰੋਵੀਡੈਂਟ ਫੰਡ ਹੈ ਐਸਆਈ ਹੈ ਦੁਨੀਆਵਰ ਦੇ ਟੈਕਸ ਜਿਹੜੇ ਹੈਗੇ ਆ ਉਹਦੀ ਕਲੈਕਸ਼ਨ ਆਪਾਂ ਲੋਕ ਕਰਕੇ ਦਿੰਦੇ ਆਗੇ ਤੇ ਸਾਨੂੰ ਵੀ ਉਹਦਾ ਇੱਕ ਜਿਹੜੀ ਸਾਡੀ ਪ੍ਰੋਬਲਮਸ ਹੈਗੀਆਂ ਉਹਨਾਂ ਨੂੰ ਪ੍ਰੋਪਰ ਸੁਣ ਕੇ ਉਹਨੂੰ ਸਹੀ ਤਰੀਕੇ ਸਮਝ ਕੇ ਉਸ ਤਰੀਕੇ ਲਾਗੂ ਕਰਨ ਦੀ ਜ਼ਰੂਰਤ ਹੈ ਨਾ ਕਿ ਸਾਨੂੰ ਟੌਰਚਰ ਕਰਕੇ ਸਾਨੂੰ ਦਬਾ ਕੇ ਆਪਾਂ ਬਿਜ਼ਨਸ ਬੰਦ ਕਰੀਏ ਜਾਂ ਆਣ ਵਾਲੇ ਟਾਈਮ ਚ ਆਪਾਂ ਸੋਚੀਏ ਕਿ ਐਸੇ ਸ਼ਹਿਰ 'ਚ ਬਿਜ਼ਨਸ ਨਾ ਕੀਤਾ ਜਾਵੇ ਜਿੱਥੇ ਇਨਾ ਨੂੰ ਸਾਨੂੰ ਟਰਟਚਰ ਕੀਤਾ ਜਾਂਦਾ ਤੇ ਇੱਥੇ ਲੋਕਾਂ ਨੂੰ ਇੱਕ ਸਹੂਲियत ਦਿੱਤੀ ਜਾਵੇ ਔਰ ਆਪਾਂ ਲੋਕ ਚੰਡੀਗੜ੍ਹ ਦੇ ਲੋਕ ਸਮਝਦਾਰ ਹੈਗੇ ਆ ਆਪਾਂ ਨਹੀਂ ਐਸਾ ਤਰ੍ਹਾਂ ਦੇ ਵਾਇਓਲੇਸ਼ਨ ਚਾਹੁੰਦੇ ਕਿ ਸਾਡੇ ਸ਼ਹਿਰ ਦੀ ਸੁੰਦਰਤਾ ਤੇ ਕੋਈ ਫਰਕ ਪਵੇ ਆਪਾਂ ਕਦੇ ਨਹੀਂ ਚਾਹੁੰਦੇ ਕਿ ਆਪਾਂ ਬਾਹਰ ਬਰਾਮਦਿਆਂ ਚ ਜਾਂ ਬਾਹਰ ਜਾ ਕੇ ਫੜੀਆਂ ਲਗਵਾ ਕੇ ਤੁਸੀਂ ਇਸ ਤਰੀਕੇ ਦਾ ਮਾਹੌਲ ਬਣਾ ਦੇਓ ਉੱਤੇ ਆਪਾਂ ਹਰ ਚੀਜ਼ ਵਾਸਤੇ ਸਹਿਯੋਗ ਕਰਨ ਨੂੰ ਤਿਆਰ ਹੈਗੇ ਆ ਲੇਕਿਨ ਸਾਨੂੰ ਵੀ ਉਸ ਤਰੀਕੇ ਦੀ ਸਹੂਲੀਅਤ ਚਾਹੀਦੀ ਹੈਗੀ ਆ ਜਿਹਦੇ ਨਾਲ ਆਪਾਂ ਪ੍ਰੋਪਰ ਬਿਜ਼ਨਸ ਕਰੀਏ ਔਰ ਆਪਣਾ ਕੰਮ ਵਧਾਈਏ ਔਰ ਦੇਸ਼ ਦੇ ਵਾਸਤੇ ਵੀ ਅੱਗੇ ਇਕਨੋਮੀ ਨੂੰ ਵਧਾਉਣ ਵਾਸਤੇ ਆਪਾਂ ਅੱਗੇ ਆਈਏ ਤੇ ਬਹੁਤ ਸਾਰੀਆਂ ਇਸ ਤਰ੍ਹਾਂ ਦੀ ਚੀਜ਼ਾਂ ਹੈਗੀਆਂ ਹੁਣ ਫਾਇਰ ਦੇ ਵਿੱਚ ਦੇਖੋ ਨੋਟਿਸ ਆਉਂਦਾ ਜੀ ਇੱਕ ਇੱਕ ਬਿਲਡਿੰਗ 'ਚ ਇੱਕ ਇੱਕ ਲੱਖ ਲੀਟਰ ਦੀ ਤੁਸੀਂ ਪ੍ਰੋਵੀਜ਼ਨ ਰੱਖੋ ਪਾਣੀ ਦਾ 1 ਲੱਖ ਲੀਟਰ ਪਾਣੀ ਦਾ ਇੱਕ ਬਿਲਡਿੰਗ ਚ ਪ੍ਰੋਵੀਜ਼ਨ ਨਾ ਤੇ ਪਾਣੀ ਪੀਣ ਨੂੰ ਪ੍ਰੋਪਰ ਮਿਲਦਾ ਹੈਗਾ 1 ਲੱਖ ਲੀਟਰ ਪਾਣੀ ਅਗਰ ਜੇ ਆਪਾਂ ਰੱਖਦੇ ਆ ਉਹਨੂੰ 10 ਦਿਨ ਬਾਅਦ ਚੇਂਜ ਕਰਕੇ ਵਾਪਸ ਕਰਦੇ ਆ ਕਿਆ ਪ੍ਰੋਵੀਜ਼ਨ ਹੈ ਐਸ ਤਰੀਕੇ ਦੇ ਜਿਹੜੇ ਤੁਸੀਂ ਚੀਜ਼ਾਂ ਰੱਖੀਆਂ ਹੈਗੀਆਂ ਉਹਨੂੰ ਸਮਝੋ ਕਿ ਕਿਆ ਪੋਸੀਬਲ ਹੈ ਉਸ ਬਿਲਡਿੰਗ ਚ ਨਾ ਉਹਦਾ ਸਟਰਕਚਰ ਅਲਾਉ ਕਰਦਾ 1 ਲੱਖ ਲੀਟਰ ਦਾ ਨੋਟਿਸ ਆ ਜਾਂਦਾ ਕਿ 1 ਲੱਖ ਲੀਟਰ ਦੀ ਤੁਸੀਂ ਪਾਣੀ ਦੀ ਉਹਦੇ ਚ ਪ੍ਰੋਵੀਜ਼ਨ ਕਰੋ ਤਾਂ ਫਾਇਰ ਐਕਟ ਉਹ 1 ਲੱਖ ਲੀਟਰ ਪਾਣੀ ਪਿਆ ਹੋਏਗਾ 15 ਦਿਨ ਬਾਅਦ ਤੇ ਵੈਸੇ ਹੀ ਸਮੈਲ ਮਾਰਨ ਲੱਗੇਗਾ ਉਹਨੂੰ ਜ਼ਰੂਰ ਹੋਏਗਾ ਤੇ ਇਸ ਤਰ੍ਹਾਂ ਦੀ ਪ੍ਰੋਵੀਜ਼ਨ ਤੁਸੀਂ ਬਣਾ ਰਹੇ ਹੋ ਜਿੰਨੇ ਤੇ ਜਿਹੜੀ ਪੋਸੀਬਲ ਨਹੀਂ ਹੈਗੇ ਆ ਉਹ ਉਸਰ ਦੀ ਗੱਲ ਸੁਨੋ ਸਮਝੋ ਕਿ ਇਹ ਪੋਸੀਬਲ ਨਹੀਂ ਹੈ ਹੋ ਸਕਦਾ ਜਿਸ ਵੇਲੇ ਆਪਾਂ ਜੈਸੇ ਤੇ ਸ਼ੁਰੂ ਚ ਬਿਲਡਿੰਗਾਂਸ ਬਣਾਈਆਂ ਹੈਗੀਆਂ ਉਸ ਟਾਈਮ ਬਹੁਤ ਚੀਜ਼ਾਂ ਦੀ ਨੀਡ ਨਹੀਂ ਸੀ ਅਜੀ ਅਗਰ ਨੀਡ ਹੈਗੀ ਹੈ ਉਸ ਹਿਸਾਬ ਨਾਲ ਆਪਾਂ ਨੀਡ ਨੀਡ ਬੇਸ ਚ ਚੀਜ਼ ਹੈ ਅਗਰ ਉਸ ਤੋਂ ਬਾਅਦ ਵੀ ਤੁਹਾਨੂੰ ਲੱਗਦਾ ਤੇ ਫਿਰ ਪੈਨਲਟੀ ਕੁਛ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਬੰਦਾ ਉਹਨੂੰ ਪੈਨਲਟੀ ਦੇ ਵਜੇ ਨਾਲ ਬਰਬਾਦ ਨਾ ਹੋ ਜਾਵੇ ਕਿ ਤੁਸੀਂ ਪੈਨਲਟੀ ਦਾ ਮਤਲਬ ਇਹ ਕਰਤਾ ਕਿ ਅਗਰ ਇੱਥੇ ਤੇ ਹੈ ਕਿ ਵੀ ਇੱਕ ਬੂਥ ਤੇ ਵੀ 2 ਲੱਖ ਲੱਖ ਦੀ ਪੈਨਲਟੀ ਹੈ ਇੱਕ ਸ਼ੋਰੂਮ ਤੇ ਵੀ 2 ਲੱਖ ਦੀ ਪੈਨਲਟੀ ਹੈਗੀ ਆ ਤੇ ਮਤਲਬ ਕੋਈ ਮਤਲਬ ਤਰੀਕਾ ਨਹੀਂ ਬਣ ਰਿਹਾਗਾ ਕਿ ਤੁਸੀਂ ਕੀ ਸੋਚ ਕੇ ਕਿਸ ਤਰ੍ਹਾਂ ਦੇ ਇਸ ਤਰ੍ਹਾਂ ਦੇ ਪ੍ਰਪੋਜ਼ਲ ਦਿੰਦੇ ਹੋਗੇ ਤੇ ਅਗਰ ਇਹੋ ਜਿਹੀ ਕੋਈ ਪ੍ਰਪੋਜ਼ਲ ਹੈਗੀ ਹੈ ਜਿਹੜੇ ਬੰਦੇ ਇਹਦੇ ਵਿੱਚ ਪਾਰਟਿਸਿਪੇਟ ਕਰਦੇ ਆ ਜਿਹੜੇ ਬੰਦਿਆਂ ਤੇ ਲੱਗਦੀ ਹੈ ਉਹਨਾਂ ਨਾਲ ਡਿਸਕਸ ਤੇ ਕਰੋ ਗੱਲ ਕਰੋ ਸੁਝਾਅ ਚ ਤੁਸੀਂ ਮੰਗ ਰਹੇ ਹੋਗੇ ਆਪਾਂ ਸੁਝਾਅ ਦੇ ਨੂੰ ਦੇ ਵੀ ਰਹੇ ਆ ਗਿਆ ਪਰ ਸਾਡੀ ਸਾਰਿਆਂ ਦੀ ਡਿਮਾਂਡ ਹੈ ਹੈਗੀ ਆ ਕਿ ਇਹਨੂੰ ਬਹੁਤ ਜਾਇਜ਼ ਤਰੀਕੇ ਨਾਲ ਡਿਸਕਸ ਕਰਕੇ ਕਿੰਨਾ ਕੀਤਾ ਜਾਇਦਾ ਔਰ ਇਸ ਤਰ੍ਹਾਂ ਦੀ ਪੈਨਲਟੀ ਜਿਹੜੀ ਹੈਗੀ ਹੈ ਸ਼ਹਿਰ ਬਰਬਾਦ ਹੋ ਜਾਏਗਾ ਔਰ ਆਲਰੇਡੀ ਇਸ ਸ਼ਹਿਰ ਦੇ ਬਹੁਤ ਸਾਰੇ ਬਿਜ਼ਨਸ ਜਿਹੜੇ ਹੈਗੇ ਆਸ-ਪਾਸ ਸ਼ਹਿਰਾਂ ਜਾ ਰਹੇ ਆਗੇ ਇਹ ਤਾਂ ਦੀ ਇੰਡਸਟਰੀਆਂ ਸਾਰੇ ਜਾ ਚੁੱਕੀਆਂ ਹੈਗੀਆਂ ਲੋਕ ਅਗਲੀ ਜਿਹੜੀ ਆਪਣੀ ਇਨਵੈਸਟਮੈਂਟ ਹੈਗੀ ਉਹ ਲੋਕਲ ਸ਼ੇਅਰ ਚ ਕਰਨ ਨੂੰ ਘੱਟ ਇੰਟਰਸਟਿਡ ਹੈਗੇ ਤੇ ਇਸ ਤਰ੍ਹਾਂ ਦਾ ਮਾਹੌਲ ਨਾ ਬਣੇ ਕਿ ਇਹ ਫਿਊਚਰ 'ਚ ਹੋਰ ਜ਼ਿਆਦਾ ਅਦਾ ਅਸਰ ਪਹੁੰਚੇ ਜੀ ਬਹੁਤ ਬਹੁਤ ਧੰਨਵਾਦ ਹੰਦਸਤੀ ਹੈ ਕਿ ਚੰਡੀਗੜ੍ਹ ਦੇ ਜਿੰਨੇ ਵੀ ਬਿਜ਼ਨਸਮੈਨ ਨੇ ਉਹ ਇਸ ਫੀਡਬੈਕ ਦਾ ਆਪੋਸ ਕਰ ਰਹੇ ਨੇ ਕਿ 2 ਲੱਖ ਪੈਨਲਟੀ ਪਈ ਜਾਏ ਕਿਤ ਕਿਤੇ ਨਾ ਕਿਤੇ ਬਿਜ਼ਨਸ ਠੱਪ ਹੋ ਸਕਦੇ ਨੇ ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਇਸ ਚੰਡੀਗੜ੍ਹ ਨੂੰ ਖੂਬਸੂਰਤ ਵੀ ਬਣਾਉਣਾ ਹੈ ਲੇਕਿਨ ਬਹੁਤ ਸਾਰੀ ਚੀਜ਼ਾਂ ਇਜ਼ਹੀਆਂ ਵੀ ਦੇਖਣੀ ਹੈ ਤਾਂ ਜੋ ਇਹ ਸਮਰਿੱਧ ਵੀ ਹੋ ਸਕੇ ਤੇ ਖੁਸ਼ਹਾਲ ਵੀ ਹੋ ਸਕੇ ਕੈਮਰਾਮੈਨ ਦੀਪਕ ਦੇ ਨਾਲ ਨਿਰੂਪ ਚਲਵਾਨ ਦੈਨਿਕ ਸਵੇਰਾ ਟੀਵੀ ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक एना चोरा ठग्गा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटेया विच समाधान फ्री फ्री फ्री, फ्री मियां रफीक मोहम्मद मोबाइल 8437494647 8437494648